नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो। ਪੁਲਿਸ ਅਧਿਕਾਰੀਆਂ ਨੂੰ ਪਤਾ ਦੱਸਿਆ ਜਾਏ, ਫਿਰ ਅਸੀਂ ਥਾਣੇ ਵੀ ਫੋਨ ਕੀਤਾ, ਫਿਰ ਅਸੀਂ ਬਟਾਲਾ SSP ਨੂੰ ਫੋਨ ਕੀਤਾ। ਹੁਣ ਇੱਕ ਸਰਦਾਰ ਮੁਲਾਜ਼ਮ ਆਇਆ ਵਾ ਤੇ ਹੋਰ ਇੱਥੇ ਵਾਹਵਾ ਇੱਥੇ ਪਿੰਡ ਦੇ ਬੰਦੇ ਇਕੱਠੇ ਹੋਏ ਨੇ, ਪੱਤਰਕਾਰ ਪੱਬਾ ਰਾਜੀ ਤੋਂ ਵੀ ਆਏ ਆ, ਸ਼ਾਹਪੁਰ ਤੋਂ ਵੀ, ਤੇ ਹੋਰ ਲਾਸ਼ ਕੱਢਣ ਦਾ ਚਾਰਾ ਕਰਨ ਡੇ। ਤੇ ਅਸੀਂ ਇਹੋ ਸੋਚਿਆ ਸੀ ਵੀ ਜਿਹਦੀ ਲਾਸ਼ ਆ ਉਹਨੂੰ ਪਤਾ ਲੱਗ ਸਕੇ, ਤੇ ਸਵੇਰ ਦਾ ਕੋਈ ਆਇਆ ਨੀ ਇੱਥੇ। ਅਸੀਂ ਬੜਾ ਚਾਰਾ ਚੂਰਾ ਕੀਤਾ ਤੇ ਹੁਣ ਲਾਸ਼ ਲੱਗੇ ਨੇ ਕੱਢਣ, ਤੇ ਚਲੋ ਭਲਾ ਇਹੋ ਹੀ ਆ ਵੀ ਕਿਸੇ ਨੂੰ ਲਾਸ਼ ਮਿਲ ਸਕੇ ਵਗੈਰਾ। ਨਹੀਂ ਅਜੇ ਥੋੜੀ ਹੋਈ, ਅਜੇ ਵੇਖਣ ਵੁਖਣ ਹੀ ਡਏ ਨੇ ਵੀ ਕਿੱਦਾਂ ਦੇ ਕੱਪੜੇ ਆ, ਕਿੱਦਾਂ ਦੀ ਕਿੰਨੀ ਉਮਰ ਆ, ਸਰਦਾਰ ਆ, ਹੈਗਾ ਸਰਦਾਰ ਆ, ਤੇ 60-65 ਸਾਲ ਉਮਰ ਆ, ਸਿਰ ਜਿਹੜਾ ਵਾ ਉਹ ਚਿੱਟੇ ਵਾਲ ਨੇ, ਤੇ ਲੱਗੇ ਆ ਲਾਸ਼ ਕੱਢਣ। ਤੇ ਮੈਨੂੰ ਹੁਣ ਆਖਣ ਡਏ ਨੇ ਵੀ ਜਾਈ ਨਾ ਇੱਥੇ ਰਹੋ, ਜਿਹੜੀ ਕਾਰਵਾਈ ਕਰਨੀ ਆ ਤੇਰੇ ਆਧਾਰ ਤੇ ਕਰਨੀ ਆ। ਅਨਨਾਉਣ ਲਾਸ਼ ਪਿੰਡ ਪੱਡਿਆਂ ਦੇ ਲਾਗੋਂ ਅਜੀਤ ਸਿੰਘ ਸਰ, ਸਾਬਕਾ ਸਰਪੰਚ ਦੀ ਇਤਲਾਹ ਦੀ ਇਨਫੋਰਮੇਸ਼ਨ 'ਤੇ ਉੱਥੇ ਮਿਲੀ ਆ। ਜਿਹੜੀ ਲਾਸ਼ ਜਿਹੜੀ ਆ ਭਈਆ ਨਾਮ ਵਿਅਕਤੀ ਦੀ ਆ, ਜਿਸ ਤੋਂ 74 ਦੀ ਕਾਰਵਾਈ ਕਰਕੇ ਡੈੱਡ ਹਾਊਸ ਬਟਾਲੇ ਰੱਖਿਆ ਜਾ ਰਿਹਾ 72 ਘੰਟਿਆਂ ਲਈ, ਅਤੇ ਜਿਸ ਸੰਬੰਧੀ ਅੱਗੇ ਅਗਲੇ ਦੀ ਕਾਰਵਾਈ ਪੋਸਟਮਾਰਟਮ ਕਰਾਇਆ ਜਾਵੇਗਾ। ਪੱਡਿਆਂ ਦੇ ਸੂਏ ਲਾਗੇ ਪਈ ਹੈ ਜੀ, ਠੋਕਰ ਦੇ ਉੱਪਰ